ਦੀ ਇਹ ਖਾਸੀਅਤ ਹੈ ਇਹ ਡਿਜ਼ੀਜ਼ ਨੂੰ ਤੇ ਕਿਉਰ ਕਰਦਾ ਹੀ ਕਰਦਾ ਬਿਮਾਰੀਆਂ ਨੂੰ ਔਸ਼ਧੀ ਦੇ ਕੇ ਪਰ ਦਵਾਈ ਦੇ ਕੇ ਪਰ ਇਹਦਾ ਇੱਕ ਹੋਰ ਖਾਸ ਹੈ ਵੀ ਇਹ ਜਿਹੜਾ ਸਵਸਥ ਵਿਅਕਤੀ ਆ ਉਹ ਦੱਸਦਾ ਵੀ ਕਿਸ ਤਰ੍ਹਾਂ ਜਿਹੜਾ ਆ ਸਵਸਥ ਵਿਅਕਤੀ ਰਹਿ ਬਣਿਆ ਰਹੇ ਤੇ ਕਿਸ ਤਰ੍ਹਾਂ ਦੇ ਅਸੀਂ ਢੰਗ ਤਰੀਕੇ ਵਰਤੀਏ ਤੇ ਰਹਿਣ ਸਹਿਣ ਕਰੀਏ ਖਾਣ ਪੀਣ ਸਭ ਕੁਛ ਆ ਜਾਂਦਾ ਉਹਦੇ ਵਿੱਚ ਤੇ ਸਾਡਾ ਜਿਹੜਾ ਆ ਸਰੀਰ ਬਿਮਾਰੀ ਨਾ ਹੋਵੇ ਜਦੋਂ ਸਾਡੇ ਸਰੀਰ ਵਿੱਚ ਇਮਿਊਨਿਟੀ ਵੱਧ ਗਈ ਰੋਗ ਸ਼ਮਤਾ ਵੱਧ ਗਈ ਤੇ ਅਸੀਂ ਬਿਮਾਰ ਹੋ ਹੀ ਨਹੀਂ ਸਕਦੇ ਚਰਕ ਹੋਇਆ ਉਹ ਜਿਹੜਾ ਸੀ ਉਹਨੇ ਇਹ ਮੈਡੀਸਨ ਦੇ ਉੱਤੇ ਹੀ ਸਾਰੀ ਖੋਜ ਕੀਤੀ ਹੈ ਵੀ ਉਹ ਇਸ ਤਰ੍ਹਾਂ ਟਾਈਮ ਟੂ ਟਾਈਮ ਸਮੇਂ ਦੇ ਲਿਹਾਜ਼ ਨਾਲ ਥਾਂ ਇੱਕ ਦੇਸ਼ ਦੇ ਸੰਤਰਾਂ ਦੇ ਵਿੱਚ ਜਾਂਦੇ ਸੀ ਜਿੱਥੇ ਉਹਨਾਂ ਨੂੰ ਚੰਗੀ ਜਿਹੜੀ ਸੀ ਮਿਲਦਾ ਸੀ ਪਲਾਂਟ ਮੈਡੀਸਨ ਪਲਾਂਟ ਜੜੀਆਂ ਬੂਟੀਆਂ ਜਿਹਨਾਂ ਤੋਂ ਦਵਾਈਆਂ ਬਣਦੀਆਂ ਉਹਨਾਂ 'ਤੇ ਪ੍ਰਯੋਗ ਕਰਕੇ ਅਤੇ ਉਸ ਡਿਜ਼ੀਜ਼ ਲਈ ਵਰਤਦੇ ਫਿਰ ਉਹਨਾਂ ਨੇ ਇੱਕ ਯੋਗ ਬਣਾ ਦਿੱਤੇ ਵੀ ਇਸ ਬਿਮਾਰੀ ਲਈ ਆਹ ਜਿਹੜੀ ਆ ਕੰਮ ਕਰੂਗੀ ਇਸੇ ਤਰ੍ਹਾਂ ਹੀ ਧਨਵੰਤਰੀ ਹੋਇਆ ਜਿਹਦਾ ਨਾਂ ਧਨੇਤਰ ਵੈਦ ਕਿਹਾ ਵੀ ਬਹੁਤ ਵੱਡਾ ਜਿਹੜਾ ਵੈਦ ਹੋਇਆ ਫਿਰ ਸੁਸ਼ਰਤ ਹੋਇਆ ਸੁਸ਼ਰਤ ਜਿਹਨੇ ਸਰਜਰੀ ਬਹੁਤ ਕੀਤੀ ਹੈ ਉਹ ਆਪ ਹੀ ਹਜ਼ਾਰ ਬਣਾਏ ਸੀ ਉਹਨਾਂ ਨੇ ਅਤੇ ਉਹਦੇ ਵਿੱਚ ਲਿਖਿਆ ਵੀ ਸੁਸ਼ਰਤ ਇਜ਼ ਦੀ ਫਸਟ ਸਰਜਨ ਇਨ ਦੀ ਹਿਸਟਰੀ ਆਫ ਸਰਜਰੀ ਵੀ ਸਭ ਤੋਂ ਪਹਿਲਾਂ ਦੁਨੀਆਂ 'ਚ ਸੁਸ਼ਰਤ ਸਰਜਨ ਹੋਇਆ ਸੀ ਅਤੇ ਫਿਰ ਉਹ ਤੋਂ ਬਾਅਦ ਇੱਕ ਨਾਗਰਜਨ ਹੋਇਆ ਜਿਹਨੇ ਐਕਸਟ੍ਰੈਕਟ ਕੱਢ ਲਿਆ ਮੈਡੀਸਨ ਦੇ ਉਹ ਹੋਰ ਜ਼ਿਆਦਾ ਉਹਨੂੰ ਰਸ ਕਹਿੰਦੇ ਆ ਅਤੇ ਫਿਰ ਇਸ ਤਰ੍ਹਾਂ ਹੀ ਭਾਵ ਪ੍ਰਕਾਸ਼ ਨਿਘੰਟੂ ਆ ਇੱਕ ਗ੍ਰੰਥ ਇੱਕ ਬਾਗ ਭੱਟ ਹੋਇਆ ਇਹ ਸਾਰੇ ਰਿਸਰਚ ਸਕਾਲਰ ਹੋਏ ਆ ਇਹਨਾਂ ਨੂੰ ਕੋਈ ਪੈਸੇ ਨਾ ਲੈਣ ਦੇਣ ਨਹੀਂ ਜਿੱਦਾਂ ਅੱਜ ਕੱਲ੍ਹ ਦੀਆਂ ਪੈਥੀਆਂ ਦੇ ਵਿੱਚ ਵੀ ਕਹਿੰਦੇ ਵੀ ਇੰਨੇ ਪੈਸੇ ਮਿਲਣਗੇ ਤਾਂ ਟ੍ਰੀਟਮੈਂਟ ਹੁੰਦਾ ਇਹ ਫਰੀ ਆਫ ਕੋਸਟ ਜਿਹੜੇ ਲੋਕ ਸੀ ਇਹ ਮਨੁੱਖੀ ਸੇਵਾ ਹੀ ਕਰਦੇ ਸੀ ਅਤੇ ਇਸ ਕਰਕੇ ਨਾਲੇ ਉਹ ਜੜੀਆਂ ਬੂਟੀਆਂ ਕੁਦਰਤ ਦੀਆਂ ਸੀ ਉਹਦੇ ਵਿੱਚ ਸੀ ਨਾਲੇ ਕੁਛ ਆਪ ਰੱਬ ਦੇ ਅੱਗੇ ਦੁਆ ਕਰਦੇ ਸੀ ਵੀ ਇਹ ਮਰੀਜ਼ ਜਿਹੜਾ ਠੀਕ ਹੋ ਜਾਵੇ ਤਾਂ ਉਹਨੂੰ ਮੈਡੀਸਨ ਜਦੋਂ ਬਣਾਉਂਦੇ ਸੀ ਰੱਬ ਦਾ ਨਾਮ ਜਪਦੇ ਸੀ ਮੰਤਰ ਪੜ੍ਹਦੇ ਸੀ ਰੱਬ ਵਾਲੇ ਅਤੇ ਉਹਦੇ ਨਾਲ ਜਿਹੜਾ ਸੀ ਆਟੋਮੈਟਿਕਲੀ ਜਿਹੜੀ ਹੈ ਇਮਿਊਨਿਟੀ ਜਿਹੜੀ ਸੀ ਜਿਹੜੀ ਕੰਸਨਟ੍ਰੇਸ਼ਨ ਆਫ ਬ੍ਰੇਨ ਜਿਹੜੀ ਇਮਿਊਨਿਟੀ ਵਧਾਉਂਦੀ ਆ ਉਹ ਮੈਡੀਸਨ 'ਚ ਚਲ ਜਾਂਦੀ ਸੀ ਇਸ ਕਰਕੇ ਜਿਹੜੀਆਂ ਮੈਡੀਸਨ ਸੀ ਉਹਨਾਂ ਦੇ ਵੇਲੇ ਦੇ ਉੱਤੇ ਬਹੁਤ ਕੰਮ ਕਰਦੀ ਫਿਰ ਸਭ ਤੋਂ ਵਧੀਆ ਜਿਹੜੀ ਆ ਆਯੁਰਵੇਦ ਨੇ ਜੀਣ ਦਾ ਤਰੀਕਾ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਬਿਮਾਰੀਆਂ ਤੋਂ ਰੋਗ ਰਹਿਤ ਰਹਿਣਾ ਆ ਸਭ ਤੋਂ ਵੱਡੀ ਸਵਸਥ ਵਿਅਕਤੀ ਦੀ ਐਗਜ਼ੈਂਪਲ ਕੋਈ ਨਹੀਂ ਦੇ ਸਕਿਆ ਉਹਨਾਂ ਨੇ ਸਵਸਥ ਵਿਅਕਤੀ ਦੀ ਸੰਸਕ੍ਰਿਤ ਬੜੀ ਤਕੜੀ ਉਦਾਹਰਣ ਦਿੱਤੀ ਆ ਸਮ ਦੋਸ਼ਾ ਸਮ ਅਗਨਿਚਾ ਸਮ ਧਾਤੂ ਮਲ ਕਿਰਿਆ ਪ੍ਰਸੰਨ ਆਤਮੇ ਇੰਦਰੀਆ ਮਨਾ ਸਵਸਥ ਇਤਿਆ ਵਿਧੀ ਅਤੇ ਇਹ ਸੰਸਕ੍ਰਿਤ ਇਹਨੂੰ ਮੈਂ ਸ਼ਾਰਟਕੱਟ ਹਿੰਦੀ ਦੇ ਵਿੱਚ ਜਾਂ ਪੰਜਾਬੀ ਵਿੱਚ ਦੱਸ ਦੇਣਾ ਵੀ ਸੱਤ ਧਾਤੂਆਂ ਆ ਰਸ ਰਕਤ ਮਾਸ ਮੇਰ ਅਸਥੀ ਮੰਜਾ ਸ਼ੂਕਰ ਇਹ ਸੱਤ ਧਾਤੂਆਂ ਆ ਅਤੇ ਇਹ ਜੇ ਅਸੀਂ ਠੀਕ ਹਾਰ ਵਹਿਰ ਕਰਾਂਗੇ ਜੇ ਇਹਨਾਂ ਦੀ ਫੋਰਮੇਸ਼ਨ ਠੀਕ ਹੋਊਗੀ ਅਤੇ ਫਿਰ ਸਾਡਾ ਸਰੀਰ ਦੀ ਗਤੀਵਿਧੀ ਠੀਕ ਚੱਲੇਗੀ ਸਮ ਦੋਸ਼ ਦਾ ਮਤਲਬ ਆ ਤਿੰਨ ਦੋਸ਼ ਆ ਸਰੀਰ ਨੂੰ ਜਿਹੜੇ ਵੀ ਉਹ ਸਤੰਭ ਆ ਜਿਹਨਾਂ 'ਤੇ ਸਰੀਰ ਟਿਕਿਆ ਹੋਇਆ ਸਾਰੀ ਸ੍ਰਿਸ਼ਟੀ ਜਿਹੜੀ ਆ ਸਰੀਰ ਦੀ ਬਣਤ ਦਿੱਤੇ ਆ ਵਾਤ ਪਿੱਤ ਕਫ ਵਾਤ ਨੂੰ ਨਰਵਸ ਸਿਸਟਮ ਨਾਲ ਕੰਪੇਅਰ ਕੀਤਾ ਗਿਆ ਅਤੇ ਜਿਹੜਾ ਪਿੱਤ ਸੀ ਉਹਨੂੰ ਡਾਈਜੈਸਟਿਵ ਜੂਸ ਜਿੰਨੇ ਅਗਨੀ ਦੇ ਕਰਮ ਆ ਜਿਹੜਾ ਦੇਖਣਾ ਹੋਰ ਸਾਰੇ ਕਰਮ ਆ ਜਿੰਨੇ ਉਹ ਜਿਹੜੇ ਆ ਹੀਟ ਸੰਬੰਧੀ ਸਰੀਰ ਦੇ ਉਹ ਕਰਦੀ ਆ ਅਤੇ ਜਿਹੜਾ ਕਫ ਆ ਉਹ ਮਿਊਕਸ ਮੈਂਬਰੇਨ ਦੇ ਜਿਹੜੇ ਆ ਕੰਮ ਕਰਦੀ ਆ ਇਹ ਜਿਹੜੇ ਦੋਸ਼ ਆ ਇਹ ਸਮ ਰਹਿਣੇ ਚਾਹੀਦੇ ਅਗਨੀਆਂ ਜਿਹੜੇ ਡਾਈਜੈਸਟਿਵ ਜੂਸ ਆ ਸਾਡੇ ਜਿਹੜਾ ਪੈਦਾ ਹੁੰਦੇ ਆ ਜਾਂ ਸਾਡੀ ਦ੍ਰਿਸ਼ਟੀ ਆ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਸਾਡੀਆਂ ਅਗਨੀਆਂ ਸਮ ਰਹਿਣਗੀਆਂ ਅਤੇ ਅਸੀਂ ਨਿਰੋਗ ਰਹਾਂਗੇ ਕਿਤੇ ਮਲ ਕਿਰਿਆ ਮਲ ਜਿਹੜੇ ਆ ਤਕਰੀਬਨ ਤਿੰਨ ਕਹਿ ਗਏ ਆ ਵੀ ਜਿਹੜੀ ਸਟੂਲ ਵੀ ਗੁਦਾਰਾ ਹੀ ਨਿਕਲਦਾ ਫਿਰ ਜਿਹੜਾ ਆ ਜਿਹੜਾ ਮੂਤਰ ਇਹ ਅਤੇ ਸਰੀਰ ਇਹ ਜਿਹੜੇ ਆ ਜਿਹੜੇ ਇਹਨਾਂ ਦੀਆਂ ਕਿਰਿਆਵਾਂ ਜਿਹੜੀਆਂ ਇਹ ਠੀਕ ਹੋਣੀਆਂ ਚਾਹੀਦੀਆਂ ਅਤੇ ਫਿਰ ਬੰਦਾ ਜਿਹੜਾ ਸਵਸਥ ਆਪਣੇ ਮਾਲ ਆ ਉਹ ਜੇ ਚੰਗੀ ਤਰ੍ਹਾਂ ਬਾਹਰ ਨਿਕਲਣਗੇ ਸਰੀਰ ਜਿਹੜਾ ਨਿਰੋਗ ਰਹੂਗਾ ਪ੍ਰਸੰਨ ਆਤਮਾ ਇੰਦਰੀਆ ਮਨ ਮਨ ਜਿਹੜਾ ਸਾਡੇ ਵਿਕਾਰਾਂ ਵਾਲੇ ਪਾਸੇ ਨਹੀਂ ਦੌੜਦਾ ਉਹਨੂੰ ਅਸੀਂ ਕੁਛ ਚੰਗੇ ਕੰਮ ਕਰਕੇ ਕੁਛ ਰੱਬ ਦਾ ਨਾਮ ਜਪ ਕੇ ਉਹਨੂੰ ਅਸੀਂ ਚੰਗੇ ਪਾਸੇ ਲਾਉਂਦੇ ਹਾਂ ਅਤੇ ਫਿਰ ਉਹ ਜਿਹੜਾ ਆ ਸਰੀਰ ਦੀਆਂ ਕਿਰਿਆਵਾਂ ਠੀਕ ਕਰਦੀਆਂ ਸਮ ਮਲ ਕਿਰਿਆ ਪ੍ਰਸੰਨ ਆਤਮਾ ਇੰਦਰੀਆ ਮਨਾ ਸਵਸਥ ਇਤਿਆ ਵਿਧੀ ਅਤੇ ਇਹਨੂੰ ਕਹਿੰਦੇ ਆ ਵੀ ਇੰਨੀਆਂ ਚੀਜ਼ਾਂ ਜਿਹੜੀਆਂ ਮਨੁੱਖ ਦੇ ਵਿੱਚ ਕਰੇ ਤਾਂ ਫਿਰ ਜਿਹੜਾ ਉਹ ਸਵਸਥ ਵਿਅਕਤੀ ਰਹੂਗਾ ਕਿਉਂਕਿ ਪੀਸ ਆਫ ਮਾਇੰਡ ਰਾਤ ਦੀ ਥਕਾਵਟ ਕਰਕੇ ਜਿਹੜਾ ਪੀਸ ਆਫ ਮਾਇੰਡ ਆ ਉਹ ਸਰੀਰ ਦੀ ਜਿਹੜੀ ਐਨਰਜੀ ਇੱਕ ਥਾਂ 'ਤੇ ਇਕੱਠੀ ਹੋਈ ਹੁੰਦੀ ਆ ਇਸ ਕਰਕੇ ਬੰਦਗੀ ਵੀ ਅਤੇ ਪੜ੍ਹਾਈ ਵੀ ਸਾਰੇ ਕੰਮ ਜਿਹੜੇ ਆ ਸਵਖ 'ਤੇ ਉੱਠਣ ਨਾਲ ਹੁੰਦੇ ਆ ਜਿਹੜੇ ਲੋਕ ਅੱਜ ਕੱਲ੍ਹ 12 ਵਜੇ ਸੌਂਦੇ ਆ ਉਹ ਸਵੇਰੇ ਉੱਠਦੇ ਨਹੀਂ 8 ਵਜੇ ਤੋਂ ਮੁਰਝਾਏ ਰਹਿੰਦੇ ਆ ਆਹਾਰ ਦਾ ਮਤਲਬ ਆ ਖਾਣ ਪੀਣ ਅਤੇ ਵਿਹਾਰ ਦਾ ਮਤਲਬ ਆ ਕੰਮ ਕਰਨੇ ਸਾਨੂੰ ਜੋ ਆਯੁਰਵੇਦ ਨੇ ਦੱਸਿਆ ਟਾਈਮ ਸਿਰ ਖਾਣਾ ਚਾਹੀਦਾ
4 ਘੰਟੇ ਤੋਂ ਪਹਿਲਾਂ ਜਿਹੜਾ ਆ ਕੋਈ ਚੀਜ਼ ਨਹੀਂ ਲੈਣੀ ਚਾਹੀਦੀ ਜਿਨ੍ਹਾਂ ਨੇ ਉਹਦੇ ਵਿੱਚ ਕਲਾਸੀਫਿਕੇਸ਼ਨ ਵੀ ਕਰ ਦਿੱਤੀ ਗਈ ਜਿਹੜੇ ਸਟੂਡੈਂਟ ਆ ਉਹ ਜਿਹੜੇ ਆ ਰਾਤ ਨੂੰ ਹਲਕੀ ਡਾਈਟ ਲੈਣ ਅਤੇ ਜਿਹੜੇ ਦੂਸਰੇ ਆ ਲੋਕ ਜਿਨ੍ਹਾਂ ਨੇ ਅਥਲੀਟ ਬਣਨਾ ਆ ਘੋਲਣਾ ਆ ਜਾਂ ਹੋਰ ਐਗਰੀਕਲਚਰ ਦਾ ਕਿਸਾਨਾਂ ਨੇ ਕੰਮ ਕਰਨਾ ਉਹ ਜਿਹੜੇ ਆ ਉਹਨਾਂ ਨੂੰ ਘਿਓ ਦੁੱਧ ਜਿਹੜਾ ਆ ਉਹ ਜ਼ਿਆਦਾ ਲੈਣਾ ਚਾਹੀਦਾ ਪਰ ਉਹਨਾਂ ਦਾ ਵੀ ਇਹ ਆ ਵੀ ਘਿਓ ਦੁੱਧ ਜਿਹੜਾ ਸੀ ਘਿਓ ਮਾੜਾ ਨਹੀਂ ਹੈਗਾ ਘਿਓ ਲੈਣ ਦਾ ਤਰੀਕਾ ਸਾਨੂੰ ਗਲਤ ਲੱਗਿਆ ਜੇ ਅਸੀਂ ਫਿਜੀਕਲੀ ਕੰਮ ਨਹੀਂ ਕਰਦੇ ਫਿਰ ਸਾਨੂੰ ਘਿਓ ਜਿਹੜਾ ਹੈ ਇੱਕ ਦੋ ਪਰਿਵਾਰ ਲਈ ਦੋ ਚਮਚੇ ਤੜਕਾ ਹੀ ਲਾਉਣਾ ਚਾਹੀਦਾ ਅਤੇ ਉਹਨੂੰ ਫਰਾਈ ਕਰਕੇ ਸਾਰੇ ਪਰਿਵਾਰ ਨੂੰ ਬਦਲਿਆ ਕੋਈ ਨਹੀਂ ਉਹ ਹਾਰਮਫੁੱਲ ਹੋਊਗਾ ਉਹਦੇ ਵਿੱਚ ਕਈ ਕੈਲਸ਼ੀਅਮ ਆਇਰਨ ਵਿਟਾਮਿਨਸ ਸਾਰੇ ਜਿਹੜੇ ਆ ਤੱਤ ਹੁੰਦੇ ਆ ਘਿਓ ਦੇ ਵਿੱਚ ਕਦੇ ਸਾਨੂੰ ਆਹਾਰ ਜਿਹੜੇ ਵਿਹਾਰ ਆ ਉਹ ਕਰਨੇ ਚਾਹੀਦੇ ਆ ਜਿਹੜਾ ਵਿਹਾਰ 'ਚ ਆ ਗਿਆ ਆਪਣੇ ਟਾਈਮ ਸਿਰ ਉੱਠੀਏ ਟਾਈਮ ਸਿਰ ਹੀ ਆਪਣਾ ਕੰਮ ਕਰੀਏ ਅਤੇ ਜਿਹੜਾ ਆ ਜਿਹੜੇ ਕੱਪੜੇ ਪਾਉਣੇ ਆ ਉਹ ਵੀ ਬਹੁਤਾ ਟੈਰਾਲੀਨ ਜਾਂ ਪਲਿਸਟਰ ਨਾ ਵਰਤੀਏ ਉਹਦੇ ਨਾਲ ਸਰੀਰ 'ਚ ਐਲਰਜੀ ਹੋਊਗੀ ਅਤੇ ਖਾਣ ਪੀਣ ਵਾਲੀ ਵੀ ਜਿਹੜੇ ਆ ਓਨੀਆਂ ਕੁ ਚੀਜ਼ਾਂ ਅਸੀਂ ਮਿਰਚ ਮਸਾਲੇ ਵਰਤੀਏ ਜਿੰਨੇ ਕੁ ਸਾਨੂੰ ਸਾਡਾ ਸਰੀਰ ਜਿਹੜਾ ਠੀਕ ਸਮਝਦਾ ਬਹੁਤੇ ਜਿਹੜੇ ਆ ਉਹ ਨਾ ਅਸੀਂ ਪਾਈਏ ਕਿਉਂਕਿ ਇਹ ਸਰੀਰ ਆ ਸਾਰੀਆਂ ਆਯੁਰਵੇਦ ਦੇ ਅਨੁਸਾਰ ਬਿਮਾਰੀਆਂ ਪੇਟ ਤੋਂ ਹੁੰਦੀਆਂ ਇੰਟਸਟਾਈਨ ਤੋਂ ਹੁੰਦੀਆਂ ਅਤੇ ਜੇ ਅਸੀਂ ਇਹਦੇ ਵਿੱਚ ਗੰਦੀਆਂ ਚੀਜ਼ਾਂ ਪਾਈ ਜਾਵਾਂ ਤਾਂ ਗੰਦੇ ਫਲ ਲੱਗਣੇ ਆ ਬੰਦਿਆਂ ਨੇ ਬਿਮਾਰ ਹੋ ਜਾਣਾ ਅਤੇ ਉਹ ਫਿਰ ਕਈ ਰੋਗ ਅਸਾਧਿਆ ਹੋ ਜਾਂਦੇ ਆ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ ਬੜੀ ਮੁਸ਼ਕਲ ਆਉਂਦੀ ਆ ਇਸ ਕਰਕੇ ਸਾਨੂੰ ਖਾਣ ਵਾਲੀਆਂ ਚੀਜ਼ਾਂ ਅਤੇ ਆਹਾਰ ਵਿਹਾਰ ਜਿਹੜਾ ਨਾ ਉਹ ਚੰਗਾ ਜਿਹੜਾ ਆ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ ਫਿਰ ਅਸੀਂ ਜਿਹੜਾ ਨਿਰੋਗ